ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰੋ ਇੰਟਰਨੈਸ਼ਨਲ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਬਾਕੀ ਇੱਕ ਹੋਰ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਹੀ ਦੇਖਿਓ ਤਾਂ ਕਿ ਜਿਹੜੀ ਜਾਣਕਾਰੀ ਹੁੰਦੀ ਹੈ ਜੀ ਪੂਰੀ ਡਿਟੇਲ ਦੇ ਨਾਲ ਤੁਸੀਂ ਲੈ ਸਕੋ ਜਿਹੜੀ ਪਹਿਲੀ ਖਬਰ ਹੈ ਇਹ ਆਪਣੇ ਇਟਲੀ ਔਰ ਸਪੇਨ ਦੇ ਨਾਲ ਸਬੰਧਤ ਹੈ ਤੁਸੀਂ ਨਾਮ ਸੁਣਿਆ ਹੋਵੇਗਾ ਫਰੇਚਾ ਰੋਸਾ ਬਹੁਤ ਸਾਰੇ ਵੀਰਾਂ ਨੇ ਜਿਹੜੀ ਇਸ ਦੀ ਯਾਤਰਾ ਵੀ ਕੀਤੀ ਹੋਏਗੀ ਫਰੇਚਾ ਰੋਸਾ ਇੱਕ ਬਹੁਤ ਹੀ ਤੇਜ਼ ਟ੍ਰੇਨ ਹੈ ਜਿਹੜੀ ਕਿਰਤੀ ਦੇ ਵਿੱਚ ਚੱਲਦੀ ਹੈ ਤਕਰੀਬਨ 300 ਹਨ ਫ੍ਰੀਚਰ ਰੂਸਾ ਜਿਹੜੀ ਹੈ ਜਿਸ ਪੈਨ ਦੇ ਵਿੱਚ ਪਹੁੰਚ ਰਹੀ ਹੈ ਇਹਨ ਇੱਕ ਜਿਹੜਾ ਨਵਾਂ ਰੂਟ ਹੈ ਜੀ ਜਿੱਦਾਂ ਕਿ ਮੈਡਰਿਡ ਬਾਰਸੀਲੋਨਾ ਤੇ ਸਰਗੋਜ਼ਾ ਜਿਹੜੇ ਇਸ ਦੀ ਪਹਿਲੀ ਯਾਤਰਾ ਇਹਨਾਂ ਨੇ ਨਿਰਧਾਰਤ ਕੀਤੀ ਹੈ तकरीबन 25 ਨਵੰਬਰ ਨੂੰ ਜਿਹੜੀ ਪਹਿਲੀ ਯਾਤਰਾ ਇਸ ਦੀ ਇਹਨਾਂ ਨੇ ਨਿਰਧਾਰਤ ਕੀਤੀ ਹੋਈ ਹੈ ਬਾਕੀ ਇਸ ਤੋਂ ਬਾਅਦ 16 ਦਸੰਬਰ ਨੂੰ ਜਿਹੜਾ ਇੱਕ ਨਵਾਂ ਸਿਸਟਮ ਸ਼ੁਰੂ ਹੋਰ ਹੋਏਗਾ ਰਸਤਾ ਜਿਹੜਾ ਇਹਨਾਂ ਨੇ ਇੱਕ ਤੈਅ ਕੀਤਾ ਹੈ ਜਿਹਦੇ ਵਿੱਚ ਇਹਨਾਂ ਨੇ ਆਸ ਵਿੱਚ ਕੁਝ ਸ਼ਹਿਰਾਂ ਨੂੰ ਜੋੜਿਆ ਜਿੱਦਾਂ ਕਿ ਮੈਡਰਿਡ ਹੋ ਗਿਆ ਵਾਲੈਂਸੀਆ ਤੇ ਕੋਨਿਕਾ ਇਸ ਤੋਂ ਬਾਅਦ ਇਹਨਾਂ ਨੇ ਜਿਹੜਾ ਸਿਵਿਲੀਆ ਸ਼ਹਿਰ ਹੈ ਮੁਲਾਗਾ ਤੇ ਕੁਰਡੋਬਾ ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਜਿਹੜੀ ਮਲਾਂਟ ਤੇ ਪੈਰੇਸਲ ਜਿਹੜੀ ਲਾਈਨ ਸੀ ਜੇ ਵੀ ਫ੍ਰੀਚਰੋਸਾ ਦੇ ਨਾਲ ਜਿਹੜੀ ਜੋੜੀ ਗਈ ਸੀ ਫ੍ਰੀਚਰੋਸਾ 1000 ਬਾਕੀ ਜਿਹੜੀ ਟਿਕਟ ਹੈ ਜੀ ਮੈਡਰਿਡ ਤੇ ਬਾਰਸੀਲੋਨਾ ਦੇ ਵਿਚਕਾਰ ਜਿਹੜੀ ਤੁਸੀਂ ਯਾਤਰਾ ਕਰਨੀ ਚਾਹੁੰਦੇ ਹੋ ਤੇ ਇਹਦੇ ਬਾਰੇ ਟਿਕਟ ਜਿਹੜੀ ਇਹਨਾਂ ਨੇ 18 0 ਦੀ ਰੱਖੀ ਹੈ ਸੋ ਤੁਸੀਂ ਵੀ ਜਿਹੜਾ ਮੌਕੇ ਦਾ ਫਾਇਦਾ ਉਠਾ ਸਕਦੇ ਹੋ ਚਲਦਿਆਂ ਜੀ ਨੈਕਸਟ ਖਬਰ ਦੇ ਉੱਤੇ ਨੈਕਸਟ ਖਬਰ ਜਿਹੜੀ ਆਪਣੀ ਜਿਹੜੇ ਵਰਕਰ ਹਨ ਉਹਨਾਂ ਦੇ ਵਾਸਤੇ ਕੋਈ ਜ਼ਿਆਦਾ ਸ਼ੁਭ ਖਬਰ ਨਹੀਂ ਹੈ ਇਦੇ ਵਿੱਚ ਜਿਹੜੀ ਖਬਰ ਨਿਊਜ਼ ਦੇ ਵਿੱਚ ਛਾਪੀ ਉਹਨਾਂ ਨੇ ਇਸ ਤਰ੍ਹਾਂ ਲਿਖਿਆ ਕਿ ਗ੍ਰਾਂਦੀ ਦੀ ਮਿਜ਼ਿਉਨੀ ਆਂਕੇ 34 ਇਨ ਸੇ ਹੀ ਮਿਜ਼ਿ ਉਨ ਮਿਲੀਯੋਨ ਨੇ ਆਨੋ ਲਸ਼ਿਆਤੋ ਇਲਵੋਰੋ ਮਾਤ੍ਰਵਿਕੋ ਕਹਿੰਦੇ ਹਨ ਕਿ ਜਿਹੜੇ ਅਸਤੀਫੇ ਵਗੈਰਾ ਦੀ ਇਟਲੀ ਦੇ ਵਿੱਚ ਵੀ ਬਾੜ ਆ ਚੁੱਕੀ ਹੈ ਹੜਾ ਚੁੱਕਾ ਹੈ ਅਸਤੀਫਿਆਂ ਦਾ ਤਕਰੀਬਨ ਆੜੇ 6 ਮਹੀਨੇ ਬੀਤਿਆਂ ਇਹਦੇ ਵਿੱਚ 10 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਹਨ ਜੀ ਆਪਣਾ ਕੰਮ ਛੱਡ ਚੁੱਕੇ ਹਨ 32% ਦਾ ਇਸ ਦੇ ਵਿੱਚ ਇਜ਼ਾਫਾ ਦੇਖਿਆ ਗਿਆ ਹੈ ਇਹ ਜਿਹੜੀ ਗੱਲ ਹੈ ਤੁਹਾਨੂੰ ਦੱਸੀ ਜਾ ਰਹੀ ਹੈ ਜਿਹੜੀ ਕਿ 2022 ਸਾਲ ਦੇ ਜਿਹੜੇ ਪਹਿਲੇ 6 ਮਹੀਨੇ ਹਨ ਉਹਨਾਂ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ 10,80,245 ਲੋਕ ਹਨ ਜਿਨ੍ਹਾਂ ਨੇ ਕੀ ਫੈਸਲਾ ਲਿਆ ਹੈ ਕਿ ਲਾਬੂਰੋ ਛੱਡਣ ਦਾ ਜਿਨ੍ਹਾਂ ਨੇ ਆਪਣਾ ਕੰਮ ਛੱਡਿਆ ਹੈ ਜੇ ਆਪਾਂ 2021 ਦੇ ਵਿੱਚ ਦੇਖੀਏ ਤਾਂ 2021 ਵਿੱਚ ਅਗਰ 100 ਬੰਦਿਆਂ ਨੇ ਕੰਮ ਛੱਡਿਆ ਸੀ ਤੇ 2022 ਦੇ 6 ਮਹੀਨਿਆਂ ਦੇ ਵਿੱਚ ਤਕਰੀਬਨ ਜਿੱਦਾਂ ਕਿ 131 ਲੋਕਾਂ ਨੇ ਕੰਮ ਛੱਡਿਆ ਹੈ 31% ਜਿਹੜਾ ਇਸ ਦੇ ਵਿੱਚ ਇਜ਼ਾਫਾ ਦੇਖਿਆ ਗਿਆ ਹੈ ਬਾਕੀ ਜਿਹੜੀ ਇਸ ਦੇ ਵਿੱਚ ਸਟੱਡੀ ਕੀਤੀ ਗਈ ਉਹਦੇ ਵਿੱਚ ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਾਰਨ ਵੀ ਇਸ ਦਾ ਦੱਸਿਆ ਗਿਆ ਹੈ ਕਿ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਜਿਹੜਾ ਕੰਮ ਛੱਡਿਆ 6 ਮਹੀਨੇ ਕਿਉਂ ਛੱਡਿਆ ਹੈ ਇਹਦੇ ਪਿੱਛੇ ਜਿਹੜੀ ਅਸਲੀ ਵਜ੍ਹਾ ਕੀ ਹੈ ਕਿ ਲੋਕ ਇੰਨੇ ਜ਼ਿਆਦਾ ਅਮੀਰ ਹੋ ਚੁੱਕੇ ਹਨ ਕਿ ਉਹਨਾਂ ਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ ਜਿਹੜੀ ਇਸ ਦੇ ਵਿੱਚ ਖੋਜ ਕੀਤੀ ਗਈ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕੁਝ ਲੋਕਾਂ ਨੇ ਤਕਰੀਬਨ 46% ਲੋਕਾਂ ਨੇ ਇਸ ਕਰਕੇ ਕੰਮ ਛੱਡਿਆ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਹੜੀ ਸੈਲਰੀ ਵਗੈਰਾ ਉਹਨਾਂ ਨੂੰ ਘਟ ਦਿੱਤੀ ਜਾ ਰਹੀ ਹੈ ਤੇ ਜਿਆਦਾ ਫਾਇਦਾ ਲੈਣ ਦੇ ਵਾਸਤੇ ਉਹਨਾਂ ਨੇ ਜਿਹੜਾ ਕੰਮ ਛੱਡਿਆ ਤੇ ਦੂਜੀ ਜਗ੍ਹਾ ਦੇ ਉੱਤੇ ਲੱਭਣ ਦੀ ਕੋਸ਼ਿਸ਼ ਕੀਤੀ 35% ਲੋਕ ਉਹ ਹਨ ਜਿਹੜੇ ਕਿ ਆਪਣੇ ਕੈਰੀਅਰ ਦੀ ਵਜ੍ਹਾ ਦੇ ਨਾਲ ਜਿਨ੍ਹਾਂ ਨੇ ਕੰਮ ਛੱਡਿਆ ਹੈ ਮੰਨ ਲਓ ਕਿ ਬੰਦਾ ਪੜਿਆ ਰਿਹਾ ਸੀ ਉਸਨੇ ਜਿਆਦਾ ਸਟੱਡੀ ਵਗੈਰਾ ਕੀਤੀ ਸੀ ਤੁਹਾਨੂੰ ਜਿਹੜਾ ਚੰਗਾ ਕੰਮ ਨਹੀਂ ਮਿਲਿਆ ਉਸਨੇ ਆਪਣਾ ਕੈਰੀਅਰ ਬਣਾਉਣ ਦੇ ਵਾਸਤੇ ਜਿਹੜਾ ਆਪਣਾ ਕੰਮ ਛੱਡਿਆ ਤੇ ਦੂਜੀ ਜਗ੍ਹਾ ਦੇ ਉੱਤੇ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਜਿਹੜੀ ਤੀਸਰੀ ਚੀਜ਼ ਹੈ ਜਿਹਦੇ ਵਿੱਚ ਤਕਰੀਬਨ ਦੱਸਿਆ ਗਿਆ ਕਿ 24% ਲੋਕ ਇਹੋ ਜਿਹੇ ਹਨ ਗਿਣਨਾਂ ਕੀ ਕੰਮ ਦੇ ਉੱਤੇ ਦੇਖਿਆ ਹੈ ਕਿ ਜਿਹੜੀ ਉਹਨਾਂ ਦੀ ਸਿਹਤ ਖਰਾਬ ਹੋ ਸਕਦੀ ਜਾਂ ਜਿੱਦਾਂ ਕਿ ਦਿਮਾਗੀ ਬਹੁਤ ਜ਼ਿਆਦਾ ਹੈ ਇਸ ਕਰਕੇ ਉਹਨਾਂ ਲੋਕਾਂ ਨੇ ਕੰਮ ਛੱਡਿਆ ਕੁਝ ਲੋਕਾਂ ਨੇ ਕੰਮ ਇਸ ਕਰਕੇ ਛੱਡਿਆ ਕਿ ਜਿੱਦਾਂ ਕਿ ਕੰਮ ਦੇ ਜਿਹੜੇ ਘੰਟੇ ਸਨ ਉਹਨਾਂ ਨੂੰ ਪਸੰਦ ਨਹੀਂ ਸਨ ਜਿੱਦਾਂ ਕਈ ਪਾਸੇ ਕੀ ਹੁੰਦਾ ਹੈ ਕਿ ਤੁਰਨ ਵਗੈਰਾ ਕਰਨੀਆਂ ਪਈਆਂ ਤੇ ਲੋਕਾਂ ਦੀਨ ਕਿ ਅਸੀਂ ਇਹ ਜਿਹੜਾ ਤੁਰਨ ਵਗੈਰਾ ਨਹੀਂ ਕਰ ਸਕਦੇ ਸਾਨੂੰ ਜੁਰਨਾਤਾ ਹੀ ਚਾਹੀਦਾ ਹੈ ਚਲਦੇ ਹਾਂ ਜੀ ਆਪਣੇ ਨੈਕਸਟ ਅਪਡੇਟ ਦੇ ਉੱਤੇ ਇਟਲੀ ਦੇ ਵਿੱਚ ਕੀ ਹੁਣ 7 ਘੰਟੇ ਕੰਮ ਕਰਨਾ ਪਵੇਗਾ ਡੇਲੀ ਹਰ ਬੰਦੇ ਨੂੰ ਇਹਦੇ ਵਿੱਚ ਜਿਹੜੀ ਗੱਲਬਾਤ ਹੈ ਜਿਹੜੇ ਲੀਡ ਜਿੰਕਵੇਸਟਲੇ ਨਾਮ ਦੇ ਜੀਪਿਕ ਕੋਨ ਤੇ ਇਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਇਹਨਾਂ ਨੇ ਕਿਹਾ ਹੈ ਇਹ ਜਿਹੜੀ ਅਨਾਉਂਸਮੈਂਟ ਹੈ ਜੀ ਲਾਸਟ ਸਟੈਂਪਾ ਦੇ ਵਿੱਚ ਵੀ ਇਹਨਾਂ ਦੀ ਛਪੀ ਹੋਈ ਹੈ ਉਹਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਜਿਹੜਾ ਇੱਕ ਹਫਤੇ ਵਿੱਚ 40 ਘੰਟੇ ਦਾ ਕੰਮ ਹੁੰਦਾ ਹੈ ਇਸ ਨੂੰ ਜਿਹੜਾ ਘਟਾ ਕੇ 36 ਘੰਟੇ ਕੀਤਾ ਜਾ ਸਕਦਾ ਹੈ ਉਹ ਕਹਿੰਦੇ ਹਨ ਕਿ ਜਿਹੜੇ ਪਹਿਲਾਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਸਟੱਡੀ ਕੀਤੀ ਗਈ ਹੈ ਸਟੱਡੀ ਦੇ ਵਿੱਚ ਇਹ ਹੀ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੈਠੀ ਹੋਈ ਸੀ ਕਿ ਜ਼ਿਆਦਾ ਘੰਟੇ ਕੰਮ ਕਰਾਂਗੇ ਤੇ ਜਿਹੜੀ ਪ੍ਰੋਡਕਸ਼ਨ ਹੈ ਉਹ ਜ਼ਿਆਦਾ ਹੋਵੇਗੀ ਪਰantu ਕਹਿੰਦੇ ਹਨ ਕਿ ਜਿਹੜੀ ਸਟੱਡੀ ਉਹਦੇ ਵਿੱਚ ਇਹ ਚੀਜ਼ ਪਤਾ ਲੱਗੀ ਹੈ ਕਿ ਜਿਹੜਾ ਇਹਦੇ ਨਾਲ ਕੋਈ ਆਪਣੀ ਪ੍ਰੋਡਕਸ਼ਨ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ। ਬਾਕੀ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਨਵਾਂ ਪ੍ਰੋਜੈਕਟ ਉਹਨਾਂ ਨੇ ਬਣਾਇਆ ਹੈ ਇਹ ਕੋਈ ਨਵਾਂ ਨਹੀਂ ਹੈ। ਇਹ 1997 ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀ ਜਿਹੜੇ ਕਿ ਫੂਸਤੋ ਬਰਨਨ ਹੁੰਦੀ। ਜਦੋਂ ਕਿ ਇਟਲੀ ਦੇ ਵਿੱਚ ਪ੍ਰੂਦੀ ਗਵਰਨਮੈਂਟ ਉਸ ਟਾਈਮ ਚੱਲਦੀ ਸੀ 1997 ਦੇ ਵਿੱਚ। ਉਹਨਾਂ ਨੇ ਵੀ ਕਿਹਾ ਸੀ ਕਿ ਜਿਹੜਾ ਹਫ਼ਤੇ ਵਿੱਚ ਕੰਮ ਹੈ ਜੀ 35 ਘੰਟੇ ਹੋਣਾ ਚਾਹੀਦਾ ਹੈ। 35 ਘੰਟੇ ਦਾ ਮਤਲਬ ਕਿ 7 ਘੰਟੇ ਹਰ ਰੋਜ਼ ਵਰਕਰ ਨੂੰ ਕੰਮ ਕਰਨਾ ਚਾਹੀਦਾ ਹੈ। ਬਾਕੀ ਵਿੱਚ ਇਸ ਤਰ੍ਹਾਂ ਹੈ ਕਿ ਜੇ 7 ਘੰਟੇ ਸਰਕਾਰ ਅਗਰ ਕਰਦੀ ਵੀ ਹੈ 35 ਘੰਟੇ ਕੰਮ ਅਗਰ ਬੰਦੇ ਨੂੰ ਸੈਲਰੀ ਵਗੈਰਾ ਠੀਕ ਮਿਲਦੀ ਹੈ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਤੇ ਕੋਈ ਜ਼ਿਆਦਾ ਅੰਤਰ ਨਹੀਂ ਆਏਗਾ ਸੋ ਇਸ ਵਿੱਚ ਫਾਇਦਾ ਹੈ ਕਿ 7 ਘੰਟੇ ਲਾ ਕੇ ਬੰਦਾ ਆਪਣੇ ਘਰ ਦੇ ਵਿੱਚ ਆਉਂਦਾ ਹੈ ਜਲਦੀ ਆਉਂਦਾ ਹੈ ਹੋਰ ਵੀ ਬੰਦਾ ਕਈ ਕੰਮ ਕਰ ਸਕਦਾ ਹੈ ਬਾਕੀ ਇਸ ਤੋਂ ਇਲਾਵਾ ਇਟਲੀ ਦੇ ਵਿੱਚ ਜਿੱਦਾਂ ਕਿ ਇੱਕ ਹੋਰ ਖਬਰ ਛਪੀ ਹੈ ਜਿੱਦਾਂ ਆਫੀ ਨੇ ਅਨੁ ਤਰਮੀਨਾ ਕੋਟਾ ਚੰਤ ਦੂਏ ਉਹਨਾਂ ਨੇ ਲਿਖਿਆ ਹੈ ਕਿ ਆਦਿਓ ਅਲਵੁਰ ਆਸ ਸਾਂਤ ਸੇਤੇ ਆਨੀਦੀ ਏਤਾ ਏ ਕੋਨ ਅਲਮੈਨੋਕੁਰਾਂ ਤਤਰਾ ਯਾਨੀ ਦੀ ਲਬੁਰ ਆਲਸ ਪਾਲੇ ਪੇਰਲੀ ਵੋਮਨੇ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿੱਦਾਂ ਕਿ 43 ਸਾਲ ਦੀ ਜਿਹੜੀ ਕੰਟ੍ਰਿਬਿਊਟੀ ਹੋਣੀ ਜ਼ਰੂਰੀ ਹੈ ਜਾਂ ਜਿਹੜੀ 67 ਸਾਲ ਦੀ ਉਮਰ ਦੋਨਾਂ ਦੇ ਵਿੱਚੋਂ ਅਗਰ ਜਿਹੜੀ ਚੀਜ਼ ਪਹਿਲਾਂ ਆ ਜਾਂਦੀ ਹੈ ਤਾਂ ਬੰਦਾ ਜਿਹੜਾ ਪੈਨਸ਼ਨ ਦੇ ਉੱਤੇ ਜਾ ਸਕਦਾ ਹੈ ਮਤਲਬ ਕਿ ਫੁੱਲ ਪੈਨਸ਼ਨ ਪ੍ਰਾਪਤ ਕਰ ਸਕਦਾ ਹੈ ਹੁਣ ਇਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ 67 ਸਾਲ ਦੀ ਉਮਰ ਵਿੱਚ ਅਗਰ ਬੰਦੇ ਨੂੰ ਪੈਨਸ਼ਨ ਮਿਲਦੀ ਹੈ ਤਾਂ 67 ਸਾਲ ਦੀ ਉਮਰ ਦੇ ਵਿੱਚ ਤਕਰੀਬਨ ਜਿਹੜਾ ਬੰਦਾ ਹੈ ਜੀ ਉਹ ਕਾਫੀ ਕਮਜ਼ੋਰ ਪੈ ਜਾਂਦਾ ਹੈ ਤੇ ਪਹਿਲਾਂ ਜਿਹੜੀਆਂ ਸਰਕਾਰਾਂ ਸਨ ਜਿੱਦਾਂ ਕਿ 58 ਸਾਲ ਦੀ ਉਮਰ ਦੇ ਵਿੱਚ ਬੰਦੇ ਨੂੰ ਰਿਟਾਇਰ ਕਰ ਦਿੱਤਾ ਜਾਂਦਾ ਸੀ ਬੰਦਾ ਕੀ ਹੁੰਦਾ ਸੀ ਕਿ 58 ਸਾਲ ਤੋਂ ਬਾਅਦ ਬੰਦਾ ਸਰਕਾਰ ਦੇ ਕੋਲੋਂ ਪੈਸੇ ਲੈਂਦਾ ਸੀ ਹਰ ਮਹੀਨੇ ਹੁਣ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿ ਕਿੰਨੀ ਉਸ ਦੀ ਪੈਨਸ਼ਨ ਬਣਦੀ ਹੈ ਹੁਣ ਜਿਹੜੀ ਉਮਰ ਹੈ ਜੀ 67 ਸਾਲ ਤੇ ਮਤਲਬ ਕੀ ਹੈ ਕਿ 9 ਸਾਲ ਬੰਦਾ ਜ਼ਿਆਦਾ ਕੰਮ ਕਰੇਗਾ ਸਾਵੇਂ ਪਹਿਲਾਂ ਕੀ ਹੁੰਦਾ ਸੀ ਕਿ 9 ਸਾਲ ਤੋਂ ਪਹਿਲਾਂ ਜਿੱਦਾਂ ਕਿ ਹੁਣ 67 ਸਾਲ ਦੀ ਉਮਰ ਹੈ 58 ਸਾਲ ਤੋਂ ਲੋਕ ਸਰਕਾਰ ਦੇ ਕੋਲੋਂ ਪੈਸੇ ਲੈਂਦੇ ਸਨ ਹੁਣ ਜਿਹੜਾ ਸਿਸਟਮ ਇਸ ਤਰ੍ਹਾਂ ਚੱਲ ਰਿਹਾ ਕਿ 67 ਸਾਲ ਤੱਕ ਤੁਸੀਂ ਜਿਹੜਾ ਪੈਸੇ ਹੈ ਸਰਕਾਰ ਨੂੰ ਦੇਣੇ ਹਨ ਆਪਣੀ ਕੰਟਰੀਬਿਊਟੀ ਦੇ ਹੁਣ ਤੁਸੀਂ ਆਪਣੇ ਆਪ ਹੀ ਦੇਖ ਸਕਦੇ ਹੋ ਕਿ ਜਿਹੜਾ ਸਰਕਾਰ ਨੂੰ ਇਸ ਦੇ ਵਿੱਚ ਕਿੰਨਾ ਜ਼ਿਆਦਾ ਫਾਇਦਾ ਹੋ ਰਿਹਾ ਹੈ ਬਾਕੀ 67 ਸਾਲ ਦੀ ਉਮਰ ਦੇ ਵਿੱਚ ਅਗਰ ਬੰਦਾ ਪੈਨਸ਼ਨ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਉਮਰ ਬੰਦੇ ਦੀ ਕਿੰਨੀ ਕੁ ਬਚਦੀ ਹੈ ਚੱਲਦੇ ਹਾਂ ਜੀ ਹੁਣ ਜਿਹੜੀ ਨੈਕਸਟ ਖਬਰ ਦੱਸਣ ਤੋਂ ਪਹਿਲਾਂ ਜਿਹੜਾ ਕਰੰਸੀ ਦਾ ਰੇਟ ਹੈ ਜੋ ਵੀ ਜ਼ਰੂਰ ਦੇਖੀਏ ਕੈਨੇਡਾ ਦਾ 1 ਡਾਲਰ 60 ਰੁਪਏ 46 ਪੈਸੇ ਅਮਰੀਕਾ ਦਾ 1 ਡਾਲਰ 79 ਰੁਪਏ 81 ਪੈਸੇ ਆਸਟ੍ਰੇਲੀਆ ਦਾ ਡ ਤੇ ਯੂਰੋ ਦਾ ਰੇਟ ਜਿਹੜਾ ਹੈ ਜੀ ਕਦੀ ਡਾਲਰ ਤੋਂ ਵੱਧ ਹੈ ਤੇ ਕਦੀ ਘਟ ਜਾਂਦਾ ਹੈ ਅੱਜ ਜਿਹੜਾ ਯੂਰੋ ਹੈ ਡਾਲਰ ਤੋਂ ਉੱਪਰ ਜਾ ਚੁੱਕਾ 79 ਰੁਪਏ 86 ਪੈਸੇ ਦੇ ਉੱਤੇ ਨਿਊਜ਼ੀਲੈਂਡ ਦਾ 1 ਡਾਲਰ 47 ਰੁਪਏ 73 ਪੈਸੇ ਚੱਲ ਰਿਹਾ ਤੇ ਇੰਗਲੈਂਡ ਦਾ 1 ਪੌਂਡ 99 ਰੁਪਏ 63 ਪੈਸੇ ਤੇ ਚੱਲ ਰਿਹਾ ਹੈ ਇਹਦੇ ਨਾਲ ਹੀ ਜਿਹੜਾ ਬਿਟਕੋਇਨ ਹੈ ਜੀ ਆਪਾਂ ਡਾਲਰਾਂ ਦੇ ਵਿੱਚ ਇਸ ਦਾ ਰੇਟ ਦੇਖੀਏ ਤਾਂ 19906 ਡਾਲਰ ਤੇ以thereum 1510 ਡਾਲਰ ਤੇ USDT ਜਿਹੜਾ ਹੈ ਜੀ 1 ਡਾਲਰ ਤੇ ਚੱਲ ਰਿਹਾ BNB 272 ਹੁਣ ਚਲਦੇ ਹਾਂ ਜੀ ਆਪਣੇ ਨੈਕਸਟ ਅਪਡੇਟ ਦੇ ਉੱਤੇ ਨੈਕਸਟ ਅਪਡੇਟ ਜਿਹੜਾ ਆਪਣਾ ਇਸ ਤਰ੍ਹਾਂ ਹੈ ਕਿ ਏਜੰਟਾਂ ਦੇ ਨਾਲ ਮਤਲਬ ਸਬੰਧ ਹੈ ਜਿੱਦਾਂ ਕਿ ਜੋ ਵੀ ਬੰਦਾ ਜਿੱਦਾਂ ਬਾਹਲੇ ਦੇਸ਼ ਦੇ ਵਿੱਚ ਜਾਣਾ ਚਾਹੁੰਦਾ ਮੰਨ ਲਓ ਤੁਸੀਂ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਹੋ ਹੁਣ ਹੁੰਦਾ ਕੀ ਹੈ ਕਿ ਕੈਨੇਡਾ ਦਾ ਨਾਮ ਸੁਣ ਕੇ ਬੰਦਾ ਸੋਚਦਾ ਹੈ ਕਿ ਕੈਨੇਡਾ ਦੇ ਵਿੱਚ ਤਾਂ ਪੈਸੇ ਬਹੁਤ ਲੱਗਦੇ ਨੇ ਕਿਉਂਕਿ 10-12 ਲੱਖ ਤਾਂ ਇਟਲੀ ਆਨ ਦਾ ਲੱਗ ਜਾਂਦਾ ਹੈ ਯੂਰਪੀ ਦੇਸ਼ਾਂ ਦਾ ਇੰਨਾ ਕੁ ਲੱਗ ਜਾਂਦਾ ਤੇ ਕੈਨੇਡਾ ਤਾਂ ਬਹੁਤ ਜ਼ਿਆਦਾ ਪੈਸਾ ਲੱਗਦਾ ਹੈ ਸਾਰਿਆਂ ਦੇ ਦਿਮਾਗ ਦੇ ਵਿੱਚ ਇਹੀ ਹੈ ਹੁਣ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿੱਦਾਂ ਕਿ ਕੈ ਤੁਸੀਂ ਇਹਦੇ ਵਾਸਤੇ ਕੋਈ ਜ਼ਿਆਦਾ ਪੈਸਾ ਨਹੀਂ ਲਾਉਣਾ तकरीबन ਸਾਡੇ ਹਿਸਾਬ ਦੇ ਨਾਲ ਦੇਖੀ ਤਾਂ तकरीबन 15-16 ਹਜ਼ਾਰ ਦੀ ਗੀਮ ਹੈ 200 ਡਾਲਰ ਜੇ ਆਪਾਂ ਅਮਰੀਕਨ ਡਾਲਰ ਦੇ ਵਿੱਚ ਗੱਲ ਕਰੀਏ 200 ਡਾਲਰ ਦੇ ਵਿੱਚ ਜਿਹੜਾ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ ਤੁਸੀਂ ਵੀ ਇਹ ਵੀਜ਼ਾ ਕਿਹੜਾ ਹੋਏਗਾ ਜੀ ਇਹ ਟੂਰਿਸਟ ਵੀਜ਼ਾ ਹੋਏਗਾ ਇਹ ਵੀਜ਼ਾ ਮਿਲਣਾ ਕਿਵੇਂ ਹੈ ਤੁਹਾਨੂੰ ਇਹ ਵੀ ਦੱਸ ਦਈਏ ਪਹਿਲਾਂ ਸਭ ਤੋਂ ਇਸ ਤਰ੍ਹਾਂ ਕਿ ਜਿਹੜਾ ਵੀਜ਼ਾ ਜ ਟੂਰਿਸਟ ਵੀਜ਼ਾ ਹੋਏਗਾ ਤੇ ਤੁਹਾਨੂੰ ਜਿਹੜਾ ਅਪਲਾਈ ਕਰਨਾ ਪਏਗਾ ਅੰਬੈਸੀ ਦੇ ਵਿੱਚ ਐਜ਼ ਅ ਟੂਰਿਸਟ ਬਣ ਕੇ ਦੇ ਵੀਜ਼ਾ ਜਿਹੜਾ ਹੈ ਜੀ ਅੰਬੈਸੀ ਨੇ ਅਗੇ ਦੇਖਣਾ ਹੈ ਜਿਹੜੀ ਤੁਹਾਡਾ ਜੋ ਵੀ ਜਿੱਦਾਂ ਕੁਆਲਿਫਿਕੇਸ਼ਨ ਹੈ ਯੋਗਤਾ ਹੈ ਜੀ ਉਹ ਅੰਬੈਸੀ ਜਿਹੜੀ ਹੈ ਇਹ ਉਸ ਨੂੰ ਮਤਲਬ ਉਸ ਜਿਹੜਾ ਮੁਲਾਂਕਣ ਕਰੇਗੀ ਉਸ ਤੋਂ ਬਾਅਦ ਅੰਬੈਸੀ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਤੁਹਾਨੂੰ ਵੀਜ਼ਾ ਦਿੰਦੇ ਹਨ ਜਾਂ ਨਹੀਂ ਦਿੰਦੇ ਬਾਕੀ ਦੇ ਵਾਸਤੇ ਅਗਰ ਤੁਸੀਂ ਕੋਈ ਥਰਡ ਪਰਸਨ ਜਿਹੜਾ ਹੈ ਜੀ ਸਹੀ ਬੰਦਾ ਤੁਹਾਨੂੰ ਅਗਰ ਮਿਲਦਾ ਹੈ ਕੋਈ ਜਿੱਦਾਂ ਕੀ ਆਪਾਂ ਜਿਸ ਨੂੰ ਪੰਜਾਬੀ ਭਾਸ਼ਾ ਵਿੱਚ ਏਜੰਟ ਵੀ ਕਹਿੰਦੇ ਹਾਂ ਵੈਸੇ ਇਸ ਤਰ੍ਹਾਂ ਹੁੰਦਾ ਹੈ ਕਿ ਜਿੱਦਾਂ ਕੀ ਤੀਸਰਾ ਬੰਦਾ ਜਿਹਨੂੰ ਆਪਾਂ ਏਜੰਟ ਕਹਿੰਦੇ ਆ ਇਹਨਾਂ ਦੀ ਜਿੱਦਾਂ ਕਿ ਮਦਦ ਦੇ ਨਾਲ ਅਗਰ ਆਪਾਂ ਕੋਈ ਵੀ ਕੰਮ ਕਰਦੇ ਹਾਂ ਸਮੇਂ ਦੀ ਵੀ ਬਚਤ ਬੰਦੇ ਦੀ ਹੋ ਜਾਂਦੀ ਹੈ ਤੇ ਉਹ ਜਿਹੜੇ ਆ ਭੇਤੀ ਹੁੰਦੇ ਹਨ ਜਿਨ੍ਹਾਂ ਦਾ ਡੇਲੀ ਕੰਮ ਹੁੰਦਾ ਹੈ ਤੇ ਇਸ ਕਰਕੇ ਜਿਹੜੇ ਫਾਰਮ ਫਾਰਮ ਭਰਨੇ ਜਿਹੜਾ ਸੌਖਾ ਕੰਮ ਹੋ ਜਾਂਦਾ ਹੈ ਯਾਰ ਉਦੋਂ ਪੈਦਾ ਹੁੰਦਾ ਹੈ ਜਦੋਂ ਕੋਈ ਜਿਹੜੇ ਠਗੀ ਕਰਨ ਵਾਲੇ ਲੋਕ ਜਿਹੜੇ ਹਨ ਜੀ ਫਿਰ ਲੋਕਾਂ ਤੋਂ ਪੈਸਾ ਲੈ ਕੇ ਧੋਣ ਦੀ ਕੋਸ਼ਿਸ਼ ਕਰਦੇ ਹਨ ਬਾਕੀ ਇਥੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਵੀਜ਼ਾ ਟੂਰਿਸਟ ਵੀਜ਼ਾ ਲੈਣਾ ਹੈ ਜੀ ਦੇ ਵਾਸਤੇ ਤੁਹਾਨੂੰ ਨਾ ਤਾਂ ਕੋਈ ਆਈਲੈਟਸ ਕਰਨ ਦੀ ਕੋਈ ਲੋੜ ਹੈ ਨਾ ਤੁਹਾਨੂੰ ਕੋਈ ਸਰਟੀਫਿਕੇਟ ਚਾਹੀਦਾ ਹੈ ਨਾ ਤੁਹਾਨੂੰ ਕੋਈ ਕੰਮ ਦਾ ਤਜਰਬਾ ਤੇ ਨਾ ਹੀ ਤੁਹਾਡੇ ਕੋਲ ਪੜ੍ਹਾਈ ਦੇ ਕੋਈ ਸਰਟੀਫਿਕੇਟ ਹੋਣੇ ਚਾਹੀਦੇ ਹਨ ਬਸ ਤੁਹਾਡੇ ਕੋਲ ਇਸ ਦੇ ਵਾਸਤੇ ਸਿਰਫ 200 ਡਾਲਰ ਹੋਣੇ ਚਾਹੀਦੇ ਹਨ ਤੇ ਤੁਹਾਡਾ ਜਿਹੜਾ ਪਾਸਪੋਰਟ ਹੈ ਜਿਉ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਅਗਰ ਖੁਸ਼ਕਿਸਮਤ ਬੰਦਾ ਹੋਏਗਾ ਮੰਨ ਲਓ ਵੀਜ਼ਾ ਲੱਗਦਾ ਹੈ ਤਾਂ 10 ਸਾਲ ਦਾ ਜਿਹੜਾ ਵੀਜ਼ਾ ਮਿਲ ਸਕਦਾ ਹੈ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਇੱਕ ਬੇਨਤੀ ਹੈ ਜੀ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ